ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ। ਜੀ, ਸੋ ਡੱਲਾ ਜੀ, ਬਹੁਤ ਖਾਸ ਖਬਰਾਂ ਅੱਜ ਵੀ ਸ਼ਾਮਿਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਉੱਪਰ ਜਿਨ੍ਹਾਂ ਦੀ ਪੜਤਾਲ ਤੁਹਾਡੇ ਤੋਂ ਕਰਵਾ ਕੇ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚਾਵਾਂਗੇ। ਸਭ ਤੋਂ ਪਹਿਲਾਂ ਜ਼ਿਕਰ ਜ਼ਰੂਰ ਆ ਦੇ ਪ੍ਰੋਗਰਾਮ ਵਿੱਚ ਕਰਨਾ ਬਣਦਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਆਨ ਦਿੱਤਾ ਹੈ। ਕੀ ਉਹ ਬਿਆਨ ਹੈ, ਆਖਿਰ ਕਿਉਂ ਉਹਨਾਂ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਮੰਗ ਪੱਤਰ ਦੇਣ ਦੀ ਲੋੜ ਨਹੀਂ ਹੈ। ਦੂਜੇ ਪਾਸੇ ਗੱਲ ਕਰਾਂਗੇ ਜੋ ਮੁਫਤ ਬਿਜਲੀ ਲਈ ਨਵਾਂ ਸਰਕੂਲਰ ਜਾਰੀ ਹੋਇਆ ਹੈ, ਕਿਹੜੇ ਨਵੇਂ ਜੋ ਐਫੀਡੇਟ ਜਮ੍ਹਾਂ ਕਰਵਾਉਣੇ ਪੈਣਗੇ, ਕਿਹੜੀਆਂ ਨਵੀਆਂ ਸ਼ਰਤਾਂ ਤੇ ਕਿਹਨਾਂ ਨੂੰ ਹੁਣ ਮੁਫਤ ਬਿਜਲੀ ਮਿਲ ਸਕੇਗੀ, ਇਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਤੋਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗੇ। ਨਾਲ ਦੀ ਨਾਲ ਜਿਹੜੀ ਦਿੱਲੀ ਵਿੱਚ ਸ਼ਰਾਬ ਪਾਲਿਸੀ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਗਏ ਨੇ, ਉਸ ਦੇ ਨਾਲ ਆਮ ਆਦਮੀ ਪਾਰਟੀ ਦੀ ਛਵੀ ਨੂੰ ਕਿੰਨੀ ਘੁਟਾਲ ਲੱਗ ਰਹੀ ਹੈ, ਇਸ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਤੋਂ ਲਵਾਂਗੇ। ਤੇ ਜਿਹੜੀ ਅਸੀਂ ਮੁਹੱਲਾ ਕਲੀਨਿਕਾਂ ਦੀ ਵੀ ਗੱਲ ਅੱਜ ਦੇ ਪ੍ਰੋਗਰਾਮ ਵਿੱਚ ਜ਼ਰੂਰ ਕਰਾਂਗੇ, ਕਿਉਂਕਿ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕ ਜਿਹੜਾ ਮੁਹਾਲੀ ਵਿੱਚ ਤਿਆਰ ਹੋਇਆ ਉਸਦਾ ਦੌਰਾ ਕੀਤਾ ਹੈ। ਸੋ ਸਾਰੀ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਜੋ ਹੈ ਕਰਨਾ ਚਾਹਾਂਗੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਆਇਆ, ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਲੈ ਕੇ, ਉਹਨਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਹੁਣ ਮੰਗ ਪੱਤਰ ਦੇਣ ਦੀ ਲੋੜ ਨਹੀਂ ਹੈ। ਤੇ ਇਸ ਨਾਲ ਹੀ ਦੁਨੀਆ ਭਰ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨੇ ਕੀ ਕੁਝ ਕਿਹਾ, ਉਹ ਪੂਰੀ ਜਾਣਕਾਰੀ ਤੁਹਾਡੇ ਤੋਂ ਜ਼ਰੂਰ ਦਰਸ਼ਕਾਂ ਤੱਕ ਸਾਂਝੀ ਕਰਨਾ ਚਾਹਾਂਗੇ। ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਨਹੀਂ ਹੋ ਰਹੀ, ਇਹ ਇੱਕ ਬਹੁਤ ਵੱਡਾ ਇੱਕ ਮੁੱਦਾ ਬਣ ਗਿਆ। ਮੈਨੂੰ ਲੱਗਦਾ ਹੈ ਸਾਡੇ ਜਿਹੜੇ ਸਿਆਣੇ ਸਿਆਣੇ ਵਕੀਲ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ ਹਮੇਸ਼ਾ ਲੜਦੇ ਨੇ, ਅਗਰ ਕਿਸੇ ਦੇ ਮਨੁੱਖੀ ਅਧਿਕਾਰਾਂ ਦੀ ਪੂਰਤੀ ਨਹੀਂ ਹੁੰਦੀ, ਮੈਨੂੰ ਲੱਗਦਾ ਹੁਣ ਵੇਲਾ ਆ ਗਿਆ ਕਿ ਉਹ ਸਾਰੇ ਜਾਗਰੂਕ ਸਾਡੇ ਮਾਣਯੋਗ ਵਕੀਲ ਸਾਹਿਬਾਨ ਉਹ ਸਾਡੀ ਸੁਪਰੀਮ ਕੋਰਟ ਤੱਕ ਕਿਸੇ ਨਾ ਕਿਸੇ ਰੂਪ ਚ ਪਹੁੰਚ ਕਰਨ, ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕਰਨ, ਇਸ ਮਸਲੇ ਨੂੰ ਕਾਨੂੰਨੀ ਤੌਰ ਦੇ ਉੱਤੇ ਵੀ ਵਿਚਾਰਨ ਦੇ ਲਈ ਸਾਨੂੰ ਅਦਾਲਤਾਂ ਦਾ ਰੁੱਖ ਕਰਨਾ ਪੈਣਾ, ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਮੁੱਦੇ ਨੇ। ਗੱਲ ਸਿਰਫ ਬੰਦੀ ਸਿੰਘਾਂ ਦੀ ਨਹੀਂ ਹੈ, ਕੋਈ ਵੀ ਅਜਿਹਾ ਨਾਗਰਿਕ ਜਿਹੜਾ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ, ਦੇਸ਼ ਦੇ ਕਿਸੇ ਵੀ ਹਿੱਸੇ ਦੀ ਜੇਲ੍ਹ ਦੇ ਵਿੱਚ ਹੈ, ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਅਗਰ ਉਸਦੀ ਰਿਹਾਈ ਨਹੀਂ ਹੁੰਦੀ, ਇਹ ਚਿੰਤਾਜਨਕ ਵਿਸ਼ਾ ਹੈ। ਸਾਡੇ ਦੇਸ਼ ਦੀ ਸੁਪਰੀਮ ਕੋਰਟ ਕਈ ਵਾਰ ਇਸ ਗੱਲ ਤੇ ਖੁਦ ਚਿੰਤਾ ਪ੍ਰਗਟ ਕਰ ਚੁੱਕੀ ਹੈ ਕਿ ਜਿਨ੍ਹਾਂ ਦੀਆਂ ਜ਼ਮਾਨਤਾਂ ਹੋ ਗਈਆਂ ਉਹਨਾਂ ਨੂੰ ਸਮੇਂ ਸਿਰ ਰਿਹਾਅ ਕੀਤਾ ਜਾਵੇ। ਔਰ ਸੁਪਰੀਮ ਕੋਰਟ ਦੇ ਵਿੱਚ, ਹਾਈ ਕੋਰਟਾਂ ਦੇ ਵਿੱਚ ਇਹ ਵੀ ਆਰਡਰ ਕਈ ਵਾਰ ਆਉਂਦੇ ਨੇ ਕਿ ਜਦੋਂ ਅਸੀਂ ਫੈਸਲਾ ਦੇ ਦਿੰਦੇ ਹਾਂ ਕਿ ਕਿਸੇ ਵਿਅਕਤੀ ਦੀ ਰਿਹਾਈ ਕੀਤੀ ਜਾਵੇ ਜਾਂ ਉਹਦੀ ਜ਼ਮਾਨਤ ਕੀਤੀ ਜਾਵੇ, ਤੇ ਉਹਨਾਂ ਨੂੰ ਜਲਦੀ ਸਮਾਂ ਰਹਿੰਦੇ ਅਮਲ ਦੇ ਵਿੱਚ ਲਿਆਂਦਾ ਜਾਵੇ। ਸੋ ਸਾਡੇ ਜਿਹੜੇ ਜੁਡੀਸ਼ੀਅਲ ਰਿਫੋਰਮਸ ਨੇ ਉਹਨਾਂ ਦੇ ਉੱਤੇ ਵੀ ਸਾਡੇ ਮੁਲਕ ਦੇ ਵਿੱਚ ਲਗਾਤਾਰ ਬਹਿਸ ਚੱਲਦੀ ਰਹਿੰਦੀ ਹੈ। ਸੋ ਬੰਦੀ ਸਿੱਖਾਂ ਦਾ ਮਾਮਲਾ ਜਥੇਦਾਰ ਸਿੰਘ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਕਿਹਾ ਕਿ ਹੁਣ ਵੇਲਾ ਆ ਗਿਆ, ਜਦੋਂ ਅਸੀਂ ਬਹੁਤ ਆਵਾਜ਼ ਬੁਲੰਦ ਕੀਤੀ ਤੇ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਉਹਨਾਂ ਨੇ ਗੱਲ ਫਿਰ ਉਹੀ ਦੁਹਰਾਈ ਕਿ ਦਿੱਲੀ ਦਾ ਤਖ਼ਤ, ਕਹਿਣ ਦਾ ਮਤਲਬ ਹੁੰਦਾ ਹੈ ਕਿ ਦਿੱਲੀ 'ਚ ਜਿਹੜੀਆਂ ਮੌਕੇ ਦੀਆਂ ਹਾਕਮ ਧਿਰਾਂ ਨੇ, ਉੱਥੋਂ ਦੀਆਂ ਸਰਕਾਰਾਂ ਨੇ, ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦੋ ਸਾਬਕਾ ਪ੍ਰਧਾਨ, ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਬੁੱਧੀਜੀਵੀ ਔਰ ਕਈ ਆਗੂ, ਸਾਨੂੰ ਪਤਾ ਬੀਤੇ ਦਿਨਾਂ ਦੇ ਲਗਾਤਾਰ ਸੰਘਰਸ਼ ਚੱਲ ਰਹੇ ਨੇ, ਦਿੱਲੀ 'ਚ ਧਰਨਾ ਵੀ ਲੱਗਿਆ, ਪਾਰਲੀਮੈਂਟ 'ਚ ਵੀ ਗੱਲ ਤੁਰੀ। ਸੋ ਕੁਝ SGPC ਪ੍ਰਧਾਨ ਦੀ ਅਗਵਾਈ ਦੇ ਵਿੱਚ, ਉਹਨਾਂ ਦੇ ਨਾਲ ਦੋ ਸਾਬਕਾ ਪ੍ਰਧਾਨ ਔਰ ਸਿੱਖ ਬੁੱਧੀਜੀਵੀ ਸਾਰੇ ਲੋਕ ਗਏ। ਇਹਨਾਂ ਦੇ ਵਿੱਚੋਂ ਕੁਝ ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣਾ ਚਾਹੁੰਦੇ ਸੀ ਦਿੱਲੀ ਦੇ ਵਿੱਚ। ਸੋ ਦਿੱਲੀ ਦੇ ਉਹ ਮੁੱਖ ਮੰਤਰੀ ਨੇ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸੀ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਹਜੇ ਤੱਕ ਲਟਕਿਆ ਪਿਆ ਔਰ ਸੈਂਟੈਂਸ ਰਿਵਿਊ ਕਮੇਟੀ ਕੋਲੇ ਉਹ ਕੇਸ ਹੈ। ਸੈਂਟੈਂਸ ਰਿਵਿਊ ਕਮੇਟੀ ਦਿੱਲੀ ਸਰਕਾਰ ਦੇ ਅਧੀਨ ਕੰਮ ਕਰਦੀ ਹੈ, ਕਿਸੇ ਦੀ ਸੈਂਟੈਂਸ ਅਗਰ ਮਾਫ਼ ਕਰਨੀ ਹੈ ਜਾਂ ਉਹਦੇ 'ਤੇ ਕੁਝ ਪੜਤਾਲ ਕਰਨਾ, ਕੋਈ ਰਿਪੋਰਟ ਭੇਜਣੀ ਹੈ, ਤੇ ਸੈਂਟੈਂਸ ਰਿਵਿਊ ਕਮੇਟੀ ਉਹਨੂੰ ਰਿਵਿਊ ਕਰਕੇ ਆਪਣਾ ਜਿਹੜੀ ਹੈ ਫੈਸਲਾ ਕਰਦੀ ਹੈ। ਹੁਣ ਉਹ ਮੰਗ ਪੱਤਰ ਦੇਣ ਗਏ ਸੀ, ਉਹ ਮੁਲਾਕਾਤ ਨਹੀਂ ਹੋਈ ਅਰਵਿੰਦ ਕੇਜਰੀਵਾਲ ਨਾਲ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਇਸ ਗੱਲ ਦਾ ਸਪਸ਼ਟ ਜਿਹੜਾ ਹੈਗਾ ਸੁਨੇਹਾ ਦਿੱਤਾ ਗਿਆ ਕਿ ਹੁਣ ਕਿਸੇ ਨੂੰ ਵੀ ਮੰਗ ਪੱਤਰ ਨਹੀਂ ਦਿੱਤਾ ਜਾਣਾ ਹੁਣ ਅਸੀਂ ਜਿੰਨੇ ਸਾਡੀਆਂ ਧਾਰਮਿਕ ਥਾਵਾਂ ਨੇ, ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਬਾਹਰ ਵੱਡੇ ਵੱਡੇ ਹੋਰਡਿੰਗਸ ਲਗਾਏ ਜਾਣ, ਇਸ਼ਤਿਹਾਰ ਲਾਏ ਜਾਣ, ਬੈਨਰਸ ਲਗਾਏ ਜਾਣ,
ਪਰ ਅਸੀਂ ਦੁਨੀਆ ਭਰ ਦੇ ਵਿੱਚ ਇਹ ਗੱਲ ਲੈ ਕੇ ਜਾਈਏ ਕਿ ਭਾਰਤ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਹੈ ਉਹ ਆਪਣੇ ਬੰਦੀ ਸਿੰਘਾਂ ਦੇ ਹੱਕਾਂ ਵਾਸਤੇ ਕਿਵੇਂ ਸੰਘਰਸ਼ ਕਰ ਰਿਹਾ, ਔਰ ਤਾਂ ਕਿ ਦੁਨੀਆ ਭਰ ਦੇ ਵਿੱਚੋਂ ਵੀ ਆਵਾਜ਼ ਬੁਲੰਦ ਹੋਵੇ ਔਰ ਨੀਤੀਗਤ ਫੈਸਲੇ ਹੋਣ। ਦੇਖੋ ਜਦੋਂ ਸਾਡਾ ਕਿਸਾਨ ਅੰਦੋਲਨ ਸੀ ਦੁਨੀਆ ਭਰ ਦੇ ਵਿੱਚੋਂ ਉਹਦੇ ਹੱਕ ਦੇ ਵਿੱਚ ਆਵਾਜ਼ ਆਈ ਔਰ ਦੁਨੀਆ ਭਰ 'ਚ ਲੋਕ ਐਜੂਕੇਟ ਹੋਏ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਿਆ। ਇਸੇ ਤਰ੍ਹਾਂ ਜਦੋਂ ਦੁਨੀਆ ਭਰ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਤੱਕ ਗੱਲ ਜਾਏਗੀ ਇੱਕ ਵੱਡੀ ਆਵਾਜ਼ ਇਹ ਮੁੱਦਾ ਬਣੇਗਾ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਡਿਬੇਟ ਵੀ ਹੋਏਗੀ ਔਰ ਸਰਕਾਰਾਂ ਇਹ ਮਹਿਸੂਸ ਕਰਨਗੀਆਂ ਕਿ ਅਸੀਂ ਵੀ ਇਸ ਮਸਲੇ ਨੂੰ ਵਿਚਾਰੀਏ। ਔਰ ਮੈਨੂੰ ਇਹ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਮੁੱਦਾ ਹੈ, ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਔਰ ਜਿੰਨੇ ਵੀ ਸਿੱਖ ਬੰਦੀ ਨੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਸਮੇਂ ਸਮੇਂ ਤੇ ਸਾਡੀਆਂ ਸਰਕਾਰਾਂ ਨੂੰ ਜ਼ਰੂਰ ਰਿਵਿਊ ਕਰਨਾ ਚਾਹੀਦਾ। ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਸ ਅਪੀਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਿੱਖ ਕੌਮ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੋਏਗੀ ਔਰ ਸ਼ਾਂਤੀਪੂਰਵਕ ਉਸਾਰੂ ਡੈਮੋਕਰੇਟਿਕ ਤਰੀਕੇ ਦੇ ਨਾਲ ਜਿਹੜੀ ਗੱਲ ਹੈ ਉਹ ਕਾਨੂੰਨੀ ਰੂਪ ਦੇ ਵਿੱਚ ਅੱਗੇ ਵਧੂਗੀ ਔਰ ਜਿਹਦੇ ਨਾਲ ਜਿਹੜੇ ਜਿਹੜੇ ਲੋਕ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਜਾਂ ਕਰਨ ਵਾਲੇ ਨੇ ਉਹਨਾਂ ਨੂੰ ਰਿਹਾਈ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਲੂਗੀ ਔਰ ਇਹਦਾ ਇਹਦਾ ਸਿਆਸੀ ਮਤਲਬ ਵੀ ਕੱਢਿਆ ਜਾ ਰਿਹਾ ਔਰ ਸਿਆਸੀ ਮਤਲਬ ਕੱਢਿਆ ਜਾਣਾ ਚਾਹੀਦਾ ਕਿਉਂਕਿ ਪੋਲੀਟੀਕਲ ਸਿਆਸੀ ਸਿਸਟਮ ਦੇ ਜ਼ਰੀਏ ਸਰਕਾਰਾਂ ਚੁਣੀਆਂ ਜਾਂਦੀਆਂ ਨੇ। ਇਸ ਕਰਕੇ ਦਿੱਲੀ ਦੀ ਸਰਕਾਰ ਤੋਂ ਇਹ ਸਵਾਲ ਕੀਤਾ ਜਾਣਾ ਬਣਦਾ ਕਿਉਂਕਿ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵਾਲੀ ਸਰਕਾਰ ਨੇ ਇਹਦੇ ਤੇ ਕਦੇ ਵੀ ਕੋਈ ਵੀਡੀਓ ਜਾਰੀ ਕਰਕੇ ਬਿਆਨ ਨਹੀਂ ਦਿੱਤਾ। ਭਗਵੰਤ ਮਾਨ ਸਾਹਿਬ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਤੇ ਜਾਂ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਸਪਸ਼ਟ ਵੀਡੀਓ ਮੈਨੂੰ ਨਹੀਂ ਲੱਗਦਾ ਨੇੜੇ ਦੇ ਭਵਿੱਖ 'ਚ ਕਦੀ ਜਾਰੀ ਕੀਤੀ ਹੋਵੇ। ਸੋ ਭਗਵੰਤ ਮਾਨ ਸਾਹਿਬ ਵੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਨਿਪਟਾਉਣ ਦੇ ਲਈ ਉਹਨਾਂ ਅੱਗੇ ਵੀ ਬਹੁਤ ਵੱਡੀ ਜ਼ਿੰਮੇਦਾਰੀ ਹੈ। ਸੋ ਮੈਨੂੰ ਲੱਗਦਾ ਉਹਨਾਂ ਨੂੰ ਵੀ ਇਹ ਜਿਹੜਾ ਖੇਤਰ ਹੈ ਇਹਨੂੰ ਦੇਖਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਤੱਕ ਇਹ ਗੱਲ ਲੈ ਕੇ ਜਾਣੀ ਚਾਹੀਦੀ ਹੈ। ਔਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਹਿਕਮਾ ਸਾਡੇ ਕੋਲੇ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਮੈਂ ਤਾਂ ਚਾਹੂੰਗਾ ਵੀ ਪੰਜਾਬ ਸਰਕਾਰ ਆਪਣੇ ਕੌਂਸਲਸ ਦੇ ਜ਼ਰੀਏ ਕਾਨੂੰਨੀ ਤਰੀਕੇ ਜ਼ਰੀਏ ਸੁਪਰੀਮ ਕੋਰਟ ਤੱਕ ਪਹੁੰਚ ਕਰੇ ਔਰ ਦੇਸ਼ ਦੇ ਵਿੱਚ ਕੋਈ ਸੁਪਰੀਮ ਕੋਰਟ ਵੱਲੋਂ ਕਲੀਅਰ ਡਾਇਰੈਕਸ਼ਨ ਆਵੇ ਜਾਂ ਕੋਈ ਹਦਾਇਤ ਆਵੇ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਅਸਲ ਦੇ ਵਿੱਚ ਗਾਈਡਲਾਈਨਸ ਕੀ ਨੇ, ਸੂਬੇ ਦੀਆਂ ਸਰਕਾਰਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੰਨਦੇ ਹੋਏ ਜਿਹੜੇ ਜਿਹੜੇ ਹੱਕਦਾਰ ਨੇ ਲਾਭ ਮਿਲਣ ਦੇ ਉਹਨਾਂ ਨੂੰ ਲਾਭ ਦਿੱਤਾ ਜਾਵੇ। ਦੇਖੋ ਸਵਾਲ ਇੱਥੇ ਖੜਾ ਹੁੰਦਾ ਕਿ ਇੱਕ ਡੇਰੇ ਦਾ ਮੁਖੀ ਹੈ ਜਿਹੜਾ ਉਹਨੂੰ ਪੈਰੋਲ ਵੀ ਮਿਲ ਜਾਂਦੀ ਹੈ ਸਮੇਂ ਸਮੇਂ ਤੇ, ਫਰਲੋ ਵੀ ਮਿਲ ਜਾਂਦੀ ਹੈ ਤੇ ਜਿਹੜੇ ਬੰਦੀ ਸਿੰਘ ਨੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਨਾ ਵਕਤ ਰਹਿੰਦੇ ਪੈਰੋਲ ਮਿਲਦੀ ਹੈ ਨਾ ਸਜ਼ਾ ਪੂਰੀ ਹੋਣ ਤੇ ਰਿਹਾਈ ਮਿਲਦੀ ਹੈ। ਸਜ਼ਾ ਪੂਰੀ ਹੋਣ ਦਾ ਮਤਲਬ ਹੈ ਕਿ ਜਿਹਨਾਂ ਨੇ 20-20 ਸਾਲਾਂ 25-25 ਸਾਲਾਂ ਜੇਲ੍ਹਾਂ 'ਚ ਕੱਟ ਲਈਆਂ। ਸੋ ਨਵੀਂ ਵਿਆਖਿਆ ਸੁਪਰੀਮ ਕੋਰਟ ਦੀ ਇਹਦੇ 'ਤੇ ਆਉਣੀ ਚਾਹੀਦੀ ਹੈ, ਕੋਈ ਨਾ ਕੋਈ ਤਾਜ਼ੀ ਵਿਆਖਿਆ ਸੁਪਰੀਮ ਕੋਰਟ ਦੀ ਤਾਂ ਕਿ ਲੋਕਾਂ ਨੂੰ ਵੀ ਸਮਝ ਲੱਗੇ ਸਾਨੂੰ ਕਿ ਇਹ ਮਾਮਲੇ ਨੂੰ ਅਸੀਂ ਕਿਵੇਂ ਵੇਖੀਏ। ਜੀ ਬਿਲਕੁਲ ਸਹੀ ਕਿਹਾ ਤੁਸੀਂ ਡੱਲਾ ਜੀ, ਕਿਉਂਕਿ ਇਸ ਮੁੱਦੇ ਦੇ ਉੱਪਰ ਸਿਆਸਤ ਹੁੰਦੀ ਵੀ ਬਹੁਤ ਦੇਖੀ, ਆਵਾਜ਼ਾਂ ਵੀ ਬਹੁਤ ਲੋਕਾਂ ਨੇ ਚੱਕੀਆਂ ਨੇ, ਪਰ ਕਿਤੇ ਕੋਈ ਹੱਲ ਹੁੰਦਾ ਹੁਣ ਤੱਕ ਨਜ਼ਰ ਨਹੀਂ ਆ ਰਿਹਾ। ਸ਼ਾਇਦ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਵੀ ਆਇਆ। ਚਲੋ ਅਸੀਂ ਅੱਗੇ ਅਗਲੀ ਖਬਰ ਵੱਲ ਅਗਰ ਰੁਖ ਕਰਦੇ ਹਾਂ ਤਾਂ ਮੁਫਤ ਬਿਜਲੀ ਨੂੰ ਲੈ ਕੇ ਜੋ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਪੰਜਾਬ ਸਰਕਾਰ ਤੋਂ, ਪਰ ਉਹ ਉਮੀਦਾਂ ਜੋ ਹੈ ਢਹਿੰਦੀਆਂ ਨਜ਼ਰ ਆ ਰਹੀਆਂ ਨੇ। ਨਵਾਂ ਸਰਕੂਲਰ ਜਾਰੀ ਕਰ ਦਿੱਤਾ ਗਿਆ ਜਿਸ ਨੂੰ ਵੇਖ ਕੇ ਨਵੀਆਂ ਸ਼ਰਤਾਂ, ਨਵੇਂ ਐਫੀਡੈਵਿਟ, ਯਾਨੀ ਕੁੱਲ ਮਿਲਾ ਕੇ ਅਸੀਂ ਕਹਿੰਦੇ ਹਾਂ ਕਿ ਹਰ ਘਰ ਵਿੱਚ ਮੁਫਤ ਬਿਜਲੀ ਦਾ ਜਿਹੜਾ ਸੁਪਨਾ ਇਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਇਹ ਪੂਰੀ ਜਾਣਕਾਰੀ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ ਕਿ ਨਵੇਂ ਸਰਕੂਲਰ ਦੇ ਵਿੱਚ ਕਿਹੜੀਆਂ ਨਵੀਆਂ ਸ਼ਰਤਾਂ ਨੇ, ਕਿਹੜੇ ਨਵੇਂ ਐਫੀਡੈਵਿਟ ਨੇ ਔਰ ਕਿਹੜੇ ਲੋਕਾਂ ਨੂੰ ਹੁਣ ਮੁਫਤ ਬਿਜਲੀ ਦਾ ਜੋ ਹੈ ਲਾਭ ਮਿਲਦਾ ਦਿਖਦਾ। ਦੇਖੋ ਮੁਫਤ ਬਿਜਲੀ ਦੇ ਸੁਪਨੇ ਤਾਂ ਨਹੀਂ ਢਹਿੰਦੇ ਦਿਖਦੇ, ਸ਼ਰਤ ਇਹ ਹੈ ਕਿ ਸਾਡੇ ਘਰ ਦਾ ਬਿੱਲ ਹੈ ਜਿਹੜਾ ਉਹ ਪ੍ਰਤੀ ਮਹੀਨਾ 300 ਤੋਂ ਨਾ ਵਧੇ ਔਰ 2 ਮਹੀਨਿਆਂ ਦੇ ਵਿੱਚ 600 ਨਾ ਵਧੇ। ਦੇਖੋ ਜੇ ਸਾਡਾ 2 ਮਹੀਨਿਆਂ ਦਾ ਬਿੱਲ 600 ਰੁਪਏ ਤੋਂ 600 ਯੂਨਿਟ ਤੋਂ ਨਹੀਂ ਵੱਧਦਾ, ਜੇ ਸਾਡੇ 600 ਯੂਨਿਟ ਨਹੀਂ ਵੱਧਦੇ 2 ਮਹੀਨਿਆਂ ਚੋਂ, ਜੀ ਫਿਰ ਤਾਂ ਸਭ ਨੂੰ ਮੁਫ਼ਤ ਹੈ। ਫਿਰ ਤਾਂ ਭਾਵੇਂ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਇਸ ਮੁਫ਼ਤ ਲਾਭ ਦਾ ਹੱਕਦਾਰ ਹੈ। ਪਰ ਕੱਲ ਇਹਦੇ ਤੇ ਸਰਕੂਲਰ ਜਾਰੀ ਹੋ ਗਿਆ, ਨੋਟੀਫਿਕੇਸ਼ਨ ਜਾਰੀ ਹੋ ਗਿਆ, ਉਹਦੇ ਚ ਕਈ ਗੱਲਾਂ ਨਵੀਆਂ ਆਈਆਂ ਨੇ। ਇੱਕ ਤਾਂ ਇੱਕ ਸਵੈ ਘੋਸ਼ਣਾ ਪੱਤਰ ਦੇਣਾ ਪੈਣਾ ਸਾਡੇ ਕੁਝ ਭਾਈਚਾਰਿਆਂ ਨੂੰ, ਜਿਹਦੇ ਵਿੱਚ ਮੈਂ ਪੜ੍ਹ ਕੇ ਦੱਸ ਦਿੰਦਾ
600 जी यूनिट 2 महीने ले, 300 यूनिट प्रति महीना तो वध खपत वाले जिहड़े साडे एससी बीसी नॉन एससी बीसी बीपीएल अते पंजाब राज दे जिहड़े फ्रीडम फाइटर्स ने, उहनां दे वारसां वल्लों या वो आप या उन्होंने वारसा वालों 600 यूनिट 2 महीने लिए और 300 यूनिट प्रति महीना मुफ्त बिजली की सहूलत लैण लिए उन्होंने एक सवे घोषणा पत्र देना पैना है। सो ये सैल्फ अटैसटड होएगा सवे घोषणा पत्र, ये कोई कचहरिया चो नहीं, मैं लगता ये एफीडेविट तैयार होना, ये एफीडेविट सवे घोषणा पत्र है। वो तो ये दसना है कि असी कि वर्ग को रिप्रजेंट करते हैं, कि साड़ी कैटागरी है, और ये नाल नाल असी ये दसना है भी कि असी पिछले साल इनकम टैक्स तो नहीं अदा किया, जे पिछले साल इनकम टैक्स अदा किया फिर सहूलत नहीं मिलनी। अगर साडे परिवार चो कोई पक्की सरकारी नौकरी दे फिर नौकरी नहीं मिलनी, और जे किसी की परिवारक महीनावार पेंशन 10,000 तो वध है उन्होंने भी ये सहूलत नहीं मिलनी। और इस तरीके दियां लगभग कुछ शर्तां ने, पर आ मोटिया मोटिया शर्तां सी। सो इस करके ये सवे घोषणा पत्र देना पैना है सारे जिहड़े संबंधित साढ़े भाईचारे के लोग ने, उस तो बाद उन्होंने सहूलत मिलू। और जनरल वर्ग लिए 600 तो घट अगर बिल है तो सारा माफ है, छे जी सौ यूनिट 600 तो घट मतलब 600 यूनिट। सो 600 यूनिट तो घट अगर यूनिट साडा बिल आया फिर बिल माफ है, जे 600 यूनिट तो बिल 600 यूनिट तो खपत वधी है जी तो फिर माफी साफ है, फिर बिल देना पैना। सो फिर जी सारा ही बिल्कुल बिल जो है वो सानू अदा करना पैना। सो ये नवी कलैरिटी आई है। सो ये पहला भी मैं लगता है ये तो बहुत पंजाब दे विच चर्चा हुई है, जनरल वर्ग कितने ना कितने इस गल नू लैके थोड़ा जिहा नाराज रहा है जी कि सुफने पहला वड्डे विखाए गए सी, असल च जिहड़ी ये कह देना बिजली मुफ्त है इहदे ते वी तुसीं कहा सी एक सवाल करना है। सो जिहड़ा ये मुफ्त शब्द है इहदे उपर भी पार्लीमेंट दे विच एतराज उठिया है कि ये मुफ्त शब्द की वरतिया जाना चाहिए या नहीं। सो आने दिनों चाहिए तो बहस होएगी, जो तुम सवाल करोगे मैं उसका जवाब भी दूंगा। जी, बिल्कुल। सो ये सवाल तो पहला, एक होर सवाल मैं करना चाहूंगी दिल्ली दी शराब पॉलिसी नू लेके जो चल रहा है कि जो सीबीआई जांच दे हुक्म दे दिते गए ने, ए एक तां इसदे कारणां बारे तां आपां पहला भी प्रोग्राम विच गल कर चुके हैं, पर गल हुण इत्थे करना चाहांगे कि आम आदमी पार्टी दी छवी नू हुण किन्नी कु ढाल लगदी दिख सकदी है, क्योंकि शराब पॉलिसी बननी, उसके उपर जो है जांच दे हुक्म सीबीआई नू दे दिते जाने। सो किस तरीके नाल देखते हो कि किस तरह की सियासी ढाब भी लगती दिखेगी, क्योंकि जिम्मे जिम्मे अस देख रहे हैं कि आम आदमी पार्टी अगर हिमाचल च गल कर लिए, हरियाणा भी गल कर लिए, उत्थे अपने आप नू अगे सियासी तौर ते अगे वधाने की कोशिश कर रही है कि इस तरह की जांच दे आदेश उन्हां दी सियासी छवि नू किते ना किते ढाल आ रहे ने। ये देखो तो होंगे ही है, चिट्टी शर्ट है अगर ये पेन की स्याही भी लग जाती है हजूर जी, तो नींबू जी नूंबू रगड़ना पैंदा है, नींबू रगड़ के धुप्पे सुका के धोन तो बाद जे दाग ना दिखे फिर लगता है भी शर्ट साफ हो गया। हुण आम आदमी पार्टी के खिलाफ तो दिल्ली च शराब नीति के खिलाफ तो सीबीआई की जांच होगी शुरू, वो भी जी उतों के मुख्य सकत्तर ने रिपोर्ट दी। सो दिल्ली के जिहड़े चीफ सैकटरी ने उन्होंने रिपोर्ट दी, उस रिपोर्ट के आधार के उत्ते उत्थों के लैफ्टिनेंट गवर्नर ने डिप्टी गवर्नर ने सीबीआई जांच के हुक्म दिए। सीबीआई जांच का हुक्म होना किसी शराब नीति के विच कोई छोटी मोटी गल नहीं है, जी और जी जब तक आम आदमी पार्टी वो तो क्लीयर होकर नहीं आती। देखो जदों तक सीबीआई ये नहीं कह दिंदी भी ये शराब पॉलिसी दुरुस्त है, इस कोई करप्शन नहीं हुई, तद तक बदनामी के दाग और सवाल खड़े बिल्कुल रहेंगे। वो गल ठीक है कि आम आदमी पार्टी ईमानदार है, भगवंत मान ईमानदार है, केजरीवाल ईमानदार है, पर असी ये कह दिए कि शराब नीति है जिहड़ी उहदे विच फरदर किसी ने गड़बड़ी नहीं की, ये जांच तो बाद पता लगेगा। पैरामीटर सारे दे बराबर होंगे, जदों कांग्रेसियों के एलीगेशन है सानू पता है कैप्टन अमरिंदर के पिछले 4.5 साल माफिया राज चलिया, ये तो ना कैप्टन अमरिंदर डिनाई कर सकता है ना कोई होर। इसे तरह दिल्ली जी की शराब नीति ते चीफ सैकटरी जिहड़े एक आईएएस अफसर होंगे ने उन्होंने खामियां लभ लिया भी ये नुकसान होया, हुण वो सीबीआई वेरीफाई करूगी। जदों सीबीआई क्लीन चिट नहीं दे दिंदी जब तक सीबीआई, तब तक इल्जाम शराब नीति ते लगे रहेंगे। पर तुसी पंजाब च देखो, पंजाब च किनिया गल्लां कीतियां गईयां,
ਇੱਕ ਐਮਐਲਏ ਨੇ ਤਾਂ ਬਿਆਨ ਹੀ ਦਿੱਤਾ ਸੀ ਵੀ ਸ਼ਰਾਬ ਸਸਤੀ ਹੋ ਜਾਊ, ਤੁਸੀਂ ਆਹ ਕੰਮ ਕਰ ਲਿਆ ਕਰੋ। ਉਹ ਕਹਿੰਦੇ ਨਾਲ ਡਾਇਟ ਆਪਣੀ ਵਧੀਆ ਕਰ ਲਈਓ। ਸ਼ਰਾਬ ਜਿੰਨੀ ਸਸਤੀ ਹੋਣ ਦਾ ਦਾਵਾ ਕੀਤਾ ਗਿਆ ਸੀ ਉਨੀ ਸ਼ਰਾਬ ਸਸਤੀ ਹੋਈ ਨਹੀਂ। ਜੀ ਜੀ ਜਿੰਨਾ ਦਾਵਾ ਕੀਤਾ ਗਿਆ ਸੀ ਸ਼ਰਾਬ ਸਸਤੀ ਹੋਣ ਦਾ ਉਨੀ ਹੋਈ ਨਹੀਂ। ਔਰ ਜਿੰਨੇ ਦਾਅਵੇ ਕੀਤੇ ਗਏ ਸੀ ਵੀ ਸ਼ਰਾਬ ਤੋਂ 1,000 ਕਰੋੜ ਕਮਾ ਲਾਂਗੇ, ਉਨੀ ਕਮਾਈ ਵੀ ਨਹੀਂ ਦਿਖ ਰਹੀ। ਬਿਲਕੁਲ ਠੇਕੇ ਹੀ ਬੜੀ ਮੁਸ਼ਕਿਲ ਨਾਲ ਚੜੇ ਨੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਸੀ ਕਿ ਸਰਕਾਰੀ ਕਾਰਪੋਰੇਸ਼ਨ ਬਣਾਓ, ਸ਼ਰਾਬ ਦਾ ਕੰਮ ਸਰਕਾਰ ਕਰੇ, ਐਕਸਾਈਜ਼ ਚੋਰੀ ਰੁਕੂਗੀ, ਸ਼ਰਾਬ ਨਕਲੀ ਸ਼ਰਾਬ ਦੀ ਕਾਲਾਬਾਜ਼ਾਰੀ ਰੁਕੂਗੀ ਔਰ ਸਰਕਾਰ ਦਾ ਰੈਵਨਿਊ ਵਧੂਗਾ। ਹੁਣ ਇਹ ਦਿੱਲੀ ਮਾਡਲ ਹੀ ਇੱਕ ਤਰੀਕੇ ਨਾਲ ਸ਼ਰਾਬ ਦਾ ਲਗਭਗ ਆ ਗਿਆ ਪੰਜਾਬ 'ਚ, ਦਿੱਲੀ ਵਰਗਾ ਮਾਡਲ ਹੀ ਪੰਜਾਬ ਦੇ ਵਿੱਚ ਬਣਿਆ। ਔਰ ਮਨਜਿੰਦਰ ਸਿਰਸਾ ਜਿਹੜੇ ਭਾਜਪਾ ਦੇ ਲੀਡਰ ਨੇ, ਉਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਤੇ ਮੈਂ ਦੇਖਿਆ ਸੀ ਬਹੁਤ ਵੱਡੇ ਵੱਡੇ ਖੁਲਾਸੇ ਕਰਤੇ। ਉਹ ਬਿਲਕੁਲ ਕਹਿੰਦੇ ਦਿੱਲੀ 'ਚ ਜਿਸ ਤਰ੍ਹਾਂ ਦੀਆਂ ਸ਼ਰਤਾਂ ਸੀ, ਉਹ ਇੱਕ ਦੋ ਵਿਅਕਤੀਆਂ ਤੇ ਉਹਨਾਂ ਨੇ ਨਾਂ ਲੈ ਕੇ ਦੱਸਿਆ ਵੀ ਉਹ ਉਹਨਾਂ ਸ਼ਰਤਾਂ ਨੂੰ ਪੂਰੇ ਹੀ ਨਹੀਂ ਕਰਦੇ। ਤੇ ਕੇਜਰੀਵਾਲ ਸਾਹਿਬ ਦੀ ਨਿਗਾਹ ਪਤਾ ਨਹੀਂ ਕਿਉਂ ਨਹੀਂ ਪਈ, ਮੈਂ ਵੀ ਹੈਰਾਨ ਹਾਂ। ਹੋ ਸਕਦਾ ਹੈ ਮਨਜਿੰਦਰ ਸਿਰਸਾ ਜੀ ਨੂੰ ਨਾ ਜਾਣਕਾਰੀ ਹੋਵੇ, ਕੇਜਰੀਵਾਲ ਸਾਹਿਬ ਨੂੰ ਜ਼ਿਆਦਾ ਪਤਾ ਹੋਣਾ ਉਹਦੇ ਬਾਰੇ। ਉਹ ਹੁਣ ਆਉਂਦੇ ਦਿਨਾਂ ਦੇ ਵਿੱਚ ਜਦੋਂ ਹੁਣ ਸੀਬੀਆਈ ਆਮ ਆਦਮੀ ਪਾਰਟੀ ਦੀ ਸ਼ਰਾਬ ਨੀਤੀ ਤੇ ਇਨਵੈਸਟੀਗੇਸ਼ਨ ਸ਼ੁਰੂ ਕਰੂਗੀ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ, ਪਰ ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਜ਼ਰੂਰ ਹੋਣਾ। ਕਿਉਂ? ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਮੁੱਦਾ ਨਹੀਂ ਸੀ। ਹੁਣ ਹਿਮਾਚਲ ਪ੍ਰਦੇਸ਼ 'ਚ, ਗੁਜਰਾਤ ਦੇ ਵਿੱਚ, ਉੱਥੇ ਸ਼ਰਾਬ ਨੀਤੀ ਨੂੰ ਖੂਬ ਪ੍ਰਚਾਰਨਗੇ ਬੀਜੇਪੀ ਵਾਲੇ। ਤੁਸੀਂ ਦੇਖੋ, ਮੈਂ ਦੇਖ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਦਿੱਲੀ 'ਚ ਮਨੀਸ਼ ਸਿਸੋਦੀਆ ਜੀ ਦੇ ਖਿਲਾਫ ਤਾਂ ਪ੍ਰਚਾਰ ਪ੍ਰੋਟੈਸਟ ਵੀ ਕਰਨਾ ਸ਼ੁਰੂ ਕਰਤਾ ਬੀਜੇਪੀ ਵਾਲਿਆਂ ਨੇ, ਧਰਨੇ ਧੁਰਨੇ ਮਾਰਨ 'ਚ ਬੀਜੇਪੀ ਵਾਲੇ ਵੀ ਪੂਰੇ ਸਰਗਰਮ ਨੇ, ਜਿਵੇਂ ਆਮ ਆਦਮੀ ਪਾਰਟੀ ਵਾਲੇ ਵੀ ਸਰਗਰਮ ਨੇ ਧਰਨੇ ਮਾਰਨ 'ਚ। ਸੋ ਹੁਣ ਲੜਾਈ ਆਉਂਦੇ ਦਿਨਾਂ ਦੇ ਵਿੱਚ ਇਹ ਹੋ ਜਾਣੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ, ਕਿ ਦਿੱਲੀ ਦੀ ਸ਼ਰਾਬ ਪਾਲਿਸੀ ਕੀ ਕਰਪਟ ਹੈ ਜਾਂ ਸਹੀ ਹੈ। ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬੀਜੇਪੀ ਵਾਲੇ ਐਲੀਗੇਸ਼ਨ ਲਾਉਣਗੇ ਜਦੋਂ ਕੇਜਰੀਵਾਲ ਸਾਹਿਬ ਉੱਥੇ ਜਾਣਗੇ, ਕਿ ਤੁਸੀਂ ਸਾਨੂੰ ਸਿੱਖਿਆ ਤੇ ਸਲਾਹ ਦੇ ਰਹੇ ਹੋ, ਮੈਡੀਕਲ ਤੇ ਸਲਾਹ ਦੇ ਰਹੇ ਹੋ, ਤੇ ਸਾਡਾ ਧਾਰਮਿਕ ਸੂਬਾ, ਤੇ ਤੁਸੀਂ ਦਿੱਲੀ ਦੀ ਸ਼ਰਾਬ ਪਾਲਿਸੀ 'ਚ ਪਹਿਲਾਂ ਕਲੀਨ ਹੋ ਕੇ ਆਓ, ਬੀਜੇਪੀ ਵਾਲੇ ਐਲੀਗੇਸ਼ਨ ਲਾਉਣਗੇ ਉਹਨਾਂ ਦੇ ਉੱਤੇ। ਸੋ ਸਿਆਸਤ ਬਹੁਤ ਹੋਣੀ ਆ। ਹੁਣ ਜਿਹੜੇ ਇਹ ਸਵਾਲ ਖੜੇ ਹੋਏ ਨੇ ਸ਼ਰਾਬ ਨੀਤੀ ਤੇ, ਇਹ ਬੜੀ ਦੂਰ ਤੱਕ ਜਾਣੇ ਨੇ ਹਰਦੇਵ ਜੀ, ਇਹ ਗੁਜਰਾਤ ਵੀ ਜਾਣੇ, ਰਾਜਸਥਾਨ ਵੀ ਜਾਣੇ, ਹਿਮਾਚਲ ਜਾਣੇ, ਪੰਜਾਬ 'ਚ ਵੀ ਆਉਣੇ ਆ ਇਲਜ਼ਾਮ। ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਸਾਡੇ ਤੋਂ ਪੰਜਾਬ 'ਚ ਜਦੋਂ ਅਸੀਂ ਜਿੱਤ ਗਏ ਤੇ ਪੂਰੇ ਦੇਸ਼ 'ਚ ਸਾਡਾ ਰਾਹ ਖੁੱਲ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬੀਜੇਪੀ ਵਾਲੇ ਸਾਡੇ ਤੋਂ ਡਰ ਰਹੇ ਨੇ, ਜਾਣ ਬੁੱਝ ਕੇ ਸਾਡੇ ਤੇ ਜਾਂਚ ਸ਼ੁਰੂ ਕੀਤੀ ਹੈ ਇਹਨਾਂ ਨੇ। ਅਰਵਿੰਦ ਕੇਜਰੀਵਾਲ ਕਹਿੰਦੇ ਮੈਂ 22 ਸਾਲ ਤੋਂ ਜਾਣਦਾ ਮਨੀਸ਼ ਸਿਸੋਦੀਆ, ਉਹ ਬਹੁਤ ਚੰਗੇ ਵਿਅਕਤੀ ਨੇ। ਹੁਣ ਅਰਵਿੰਦ ਕੇਜਰੀਵਾਲ ਕਹਿੰਦੇ ਬੀਜੇਪੀ ਸਾਡੇ ਤੋਂ ਡਰ ਗਈ, ਮਨੀਸ਼ ਸਿਸੋਦੀਆ ਕਹਿੰਦੇ ਵੀ ਜੋ ਮਰਜ਼ੀ ਕਰ ਲੈਣ, ਅਸੀਂ ਜੇਲ੍ਹਾਂ ਤੋਂ ਵੀ ਨਹੀਂ ਡਰਦੇ ਤੇ ਅਸੀਂ ਬਣਾਵਾਂਗੇ ਸਰਕਾਰ ਆਉਣ ਵਾਲੇ ਸਮੇਂ 'ਚ। ਬਾਕੀ ਵੇਖਦੇ ਹਾਂ ਜੀ। ਹੁਣ ਸੀਬੀਆਈ ਵੀ ਦੇਖੋ, ਸੀਬੀਆਈ ਤੇ ਵੀ ਤੁਹਾਨੂੰ ਪਤਾ ਹੀ ਹੈ, ਸਵਾਲ ਤਾਂ ਸੀਬੀਆਈ ਤੇ ਵੀ ਰਹਿੰਦੇ ਆ, ਪਰ ਹੁਣ ਇਹ ਰੱਬ ਜਾਣਦਾ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਜੀ ਬਿਲਕੁਲ, ਮੈਂ ਛੋਟਾ ਜਿਹਾ ਸਵਾਲ ਇਸ ਨਾਲ ਜੁੜਿਆ ਕਰਨਾ ਚਾਹੂੰਗੀ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਜੋ ਐਲਾਨ ਕਰਦੀ ਹੈ ਉਸ ਤਰੀਕੇ ਨਾਲ ਪੂਰੇ ਨਹੀਂ ਹੋ ਪਾਉਂਦੇ, ਚਾਹੇ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰੀਏ, ਮੁਫਤ ਬਿਜਲੀ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਸ਼ਰਾਬ ਸਸਤੀ ਕਰਨ ਦੀ ਗੱਲ ਕਰ ਲਈਏ, ਕੀ ਇੱਥੇ ਅਸੀਂ ਇਹ ਦੇਖ ਸਕਦੇ ਹਾਂ ਕਿ ਘੱਟ ਤਜੁਰਬਾ ਇਹਨੂੰ ਗਿਣਿਆ ਜਾਏ ਜਾਂ ਵਿਰੋਧੀਆਂ ਦੀ, ਕਿਉਂਕਿ ਵਿਰੋਧੀਆਂ ਦਾ ਵੀ ਉੱਥੇ ਹੀ ਵਿਰੋਧੀ ਵੀ ਉਦੋਂ ਹੀ ਵਿਰੋਧ ਕਰ ਸਕਦੇ ਜਦੋਂ ਕਿਤੇ ਕੋਈ ਕਮੀ ਦਿਖਦੀ ਹੈ। ਸੋ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਘੱਟ ਤਜੁਰਬਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਲਈ ਮੁਸ਼ਕਿਲ ਖੜੀ ਕਰਦਾ ਪਿਆ। ਕਈ ਵਾਰੀ ਓਵਰ ਐਕਸਪੈਕਟੇਸ਼ਨਸ ਹੁੰਦੀਆਂ ਨੇ, ਕਈ ਵਾਰੀ ਅਸੀਂ ਜ਼ਰੂਰਤ ਤੋਂ ਵੱਧ ਉਮੀਦਾਂ ਲਾ ਦਿੰਦੇ ਹਾਂ। ਦੇਖੋ, ਜਿਵੇਂ ਅਸੀਂ ਅਸੀਂ ਕਿੰਨੀ ਵਾਰੀ ਵਰਲਡ ਕੱਪ ਹਾਰ ਗਏ, ਹਰ ਵਾਰੀ ਇਹ ਲੱਗਦਾ ਵੀ ਲਓ ਜੀ ਭਾਰਤੀ ਟੀਮ ਜਿੱਡੀ ਤਾਂ ਮਜ਼ਬੂਤ ਹੀ ਟੀਮ ਕੋਈ ਨਹੀਂ। ਸਾਨੂੰ ਇਹ ਲੱਗਦਾ ਕਿ ਜਿਵੇਂ ਕ੍ਰਿਕਟ ਦਾ ਵਰਲਡ ਕੱਪ ਤਾਂ ਸਾਡਾ ਹੀ ਹੈ ਤੇ ਸਾਡੀ ਟੀਮ ਨੇ ਜਾਣਾ ਤੇ ਜਿੱਤ ਕੇ ਲਿਆਉਣਾ ਇੰਗਲੈਂਡ ਤੋਂ, ਪਰ ਉੱਥੇ ਜਾ ਕੇ ਕਈ ਵਾਰੀ ਅਸੀਂ ਸੈਮੀਫਾਈਨਲ 'ਚ ਨਹੀਂ ਪਹੁੰਚਦੇ, ਪਰ ਪਿਛਲੀ ਵਾਰੀ ਤਾਂ ਪਾਕਿਸਤਾਨ ਤੋਂ ਹੀ ਹਾਰ ਗਏ। ਸੋ ਇਸ ਕਰਕੇ ਇਹ ਅਨਸਰਟਨਿਟੀ ਬਹੁਤ ਜ਼ਿਆਦਾ ਹੈ। ਹੁਣ ਜਦੋਂ ਪੋਲੀਟੀਕਲ ਪਾਰਟੀਆਂ ਦੀ ਗੱਲ ਆਉਂਦੀ ਹੈ, ਪੋਲੀਟੀਕਲ ਪਾਰਟੀਆਂ ਨੂੰ ਇਹ ਪੋਲੀਟੀਕਲ ਪਾਰਟੀਆਂ ਨੂੰ ਸੁਫਨੇ ਵਿਖਾਉਣ ਦੀ ਬਹੁਤ ਆਦਤ ਹੈ, ਕਿਉਂਕਿ ਜਦੋਂ ਤੱਕ ਤੁਸੀਂ ਜੰਗ ਦੇ ਮੈਦਾਨ 'ਚ ਨਹੀਂ ਜਾਂਦੇ ਤੁਹਾਨੂੰ ਇਹ ਲੱਗਦਾ ਵੀ ਇਹ ਤਾਂ ਬੜਾ ਆਸਾਨ ਕੰਮ ਹੈ। ਸੋ ਪੋਲੀਟੀਕਲ ਪਾਰਟੀਆਂ ਪੰਜਾਬ 'ਚ ਵੀ ਕਿਹਾ ਵੀ ਸਾਡੀ ਸਰਕਾਰ ਆ ਗਈ, ਅਸੀਂ 25,000 ਕਰੋੜ ਕਮਾ ਲਾਂਗੇ, ਰੇਤੇ 'ਚੋਂ ਸ਼ਰਾਬ 'ਚੋਂ ਅਸੀਂ 50,000 ਕਰੋੜ ਬਚਾ ਲਾਂਗੇ। ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਕਰਨ ਦੀਆਂ ਗੱਲਾਂ ਹੋਰ ਹੁੰਦੀਆਂ ਨੇ। ਸੋ ਹੁਣ ਇਸ ਕਰਕੇ ਦਿੱਕਤ ਹੋ ਰਹੀ ਹੈ ਵੀ ਸਾਰੇ ਕੱਚੇ ਮੁਲਾਜ਼ਮਾਂ ਨੂੰ ਕਹਿ ਦਿੱਤਾ ਵੀ ਤੁਸੀਂ ਪਾ ਦਿਓ ਵੋਟਾਂ ਸਾਨੂੰ,
ਤੁਸੀਂ ਉੱਤਰੇ ਆਓ ਟੈਂਕੀਆਂ ਤੋਂ ਤੇ ਹੁਣ ਦੇਖੋ ਭਗਵੰਤ ਮਾਨ ਜੀ ਦੇ ਘਰ ਦੇ ਬਾਹਰ ਸੂਸਾਈਡ ਦਾ ਅਟੈਂਪਟ ਹੋ ਗਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਧਰਨਾਕਾਰੀ ਮੁਲਾਜ਼ਮਾਂ ਚ ਘੱਟ ਹੀ ਜਾਂਦੇ ਨੇ ਕਿਉਂਕਿ ਉਹ ਚਾਹੁੰਦੇ ਇਹ ਨੀ ਵੀ ਆਮ ਆਦਮੀ ਪਾਰਟੀ ਵਾਲੇ ਚਾਹੁੰਦੇ ਨੀ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰੀਏ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੀ ਸੋਚ ਸ਼ੁੱਧ ਹੈ ਉਹ ਕਹਿੰਦੇ ਅਸੀਂ ਪੱਕੇ ਕਰਨਾ ਚਾਹੁੰਦੇ ਹਾਂ ਮੁਲਾਜ਼ਮਾਂ ਨੂੰ ਪਰ ਹੁਣ ਸਬ ਕਮੇਟੀ ਮੀਟਿੰਗਾਂ ਕਰੀ ਜਾਂਦੀ ਹੈ ਹੁਣ ਇਹਨਾਂ ਨੂੰ ਰਸਤਾ ਨਹੀਂ ਲੱਭ ਰਿਹਾ ਰਸਤਾ ਨਹੀਂ ਲੱਭ ਰਿਹਾ ਉਹ ਗੱਲ ਹੋ ਗਈ ਵੀ ਇੱਟਾਂ ਦਾ ਟਰੱਕ ਮੰਗਾ ਲਿਆ ਰੇਤਾ ਵੀ ਆ ਗਿਆ ਸੀਮੈਂਟ ਵੀ ਆ ਗਿਆ ਤੇ ਜਦੋਂ ਨੂੰ ਅਸੀਂ ਨੀਹਾਂ ਸ਼ੁਰੂ ਕਰਨ ਲੱਗੇ ਕਾਰਪੋਰੇਸ਼ਨ ਦਾ ਇੰਸਪੈਕਟਰ ਆ ਗਿਆ ਉਹ ਕਹਿੰਦਾ ਜੀ ਨਕਸ਼ਾ ਦਿਖਾਓ ਹੁਣ ਇਹ ਨਕਸ਼ਾ ਬਣਾ ਰਹੇ ਨੇ ਜਦੋਂ ਨਕਸ਼ਾ ਬਣ ਗਿਆ ਹੁਣ ਨਕਸ਼ਾ ਕਦੋਂ ਬਣੂਗਾ ਕਦੋਂ ਪਾਸ ਹੋਊਗਾ ਫੇਰ ਗੱਲ ਅੱਗੇ ਤੁਰੂਗੀ ਪਰ ਤਦ ਤੱਕ ਕਈ ਵਾਰੀ ਇੱਟਾਂ ਸਾਡੇ ਤਾਂ ਕਈ ਲੋਕ ਨੀਹਾਂ ਭਰ ਕੇ ਛੱਡ ਦਿੰਦੇ ਨੇ ਤੇ ਸਾਲ ਕੁ ਬਾਅਦ ਉੱਥੇ ਆਉਂਦੇ ਨੇ ਉੱਥੇ ਚਾਰ ਦੀਵਾਰੀ ਨਹੀਂ ਹੁੰਦੀ ਤੇ ਉੱਥੇ ਨੀਹਾਂ ਚ ਥੋੜੀਆਂ ਬਹੁਤੀਆਂ ਇੱਟਾਂ ਹੀ ਰਹਿ ਜਾਂਦੀਆਂ ਨੇ ਤੇ ਜਦੋਂ ਤੱਕ ਇਹਨਾਂ ਦੇ ਨਕਸ਼ੇ ਬਣਨੇ ਨੇ ਉਦੋਂ ਤੱਕ ਪਤਾ ਨਹੀਂ ਰੇਤਾ ਬਚਣਾ ਨਹੀਂ ਬਚਣਾ ਇੱਟਾਂ ਬਚਣੀਆਂ ਨੇ ਨਹੀਂ ਬਚਣੀਆਂ ਸੋ ਉਦੋਂ ਉਹ ਹਾਲਾਤ ਹੋਣਗੇ ਕਿਉਂਕਿ 2024 ਆਉਣ ਵਾਲਾ 2024 ਦੀ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਅਗਰ ਕੱਚੇ ਮੁਲਾਜ਼ਮ ਪੱਕੇ ਨਾ ਹੋਏ ਹਰਜੋਤ ਜੀ ਤੇ ਪੂਰੇ ਪੰਜਾਬ ਚ ਸੰਗਰੂਰ ਬਣ ਜਾਣਾ ਬਿਲਕੁਲ ਸੰਗਰੂਰ ਦੀ ਸੋਚ ਤੇ ਪੰਜਾਬ ਚੱਲਦਾ ਦੇਖੋ ਸੰਗਰੂਰ ਵਾਲਿਆਂ ਨੇ ਕਿਹਾ ਅਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਹੈ ਪੰਜਾਬੀ ਮਗਰ ਹੋ ਤੁਰੇ ਤੇ ਹੁਣ ਐਤਕੀ ਸੰਗਰੂਰ ਵਾਲਿਆਂ ਨੇ ਕਿਹਾ ਵੀ ਅਸੀਂ ਆਪ ਨੂੰ ਨਹੀਂ ਜਿਤਾਉਣਾ ਤੇ ਕਿਤੇ 24 ਚ ਵੀ ਪੂਰਾ ਪੰਜਾਬ ਸੰਗਰੂਰ ਵਾਲਿਆਂ ਦੀ ਗੱਲ ਨਾ ਦੇਖ ਲਏ ਵੀ ਆਪਾਂ ਸੰਗਰੂਰ ਦੇ ਪਿੱਛੇ ਲੱਗਣਾ ਸੋ ਇਸ ਕਰਕੇ ਕੱਚੇ ਮੁਲਾਜ਼ਮ ਪੱਕੇ ਕਰਨੇ ਹੀ ਪੈਣੇ ਨੇ ਜਿਹੜੇ ਵਾਅਦੇ ਕੀਤੇ ਸੀ ਜੇ ਨਹੀਂ ਕਰਨਗੇ ਤਾਂ ਇਹਨਾਂ ਨੂੰ ਨੁਕਸਾਨ ਹੋਊਗਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਡੱਲਾ ਜੀ ਔਰ ਅੱਗੋਂ ਅਗਰ ਗੱਲ ਕਰੀਏ ਤਾਂ ਜਿਹੜੇ 15 ਅਗਸਤ ਤੱਕ ਮੁਹੱਲਾ ਕਲੀਨਿਕ ਤਿਆਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਸਦੀ ਵੀ ਗੱਲ ਕਰ ਲਈਏ ਜਿਹੜਾ ਮੁਹਾਲੀ ਵਿੱਚ ਮੁਹੱਲਾ ਕਲੀਨਿਕ ਤਿਆਰ ਕੀਤਾ ਗਿਆ ਉਸਦਾ ਦੌਰਾ ਕਰਕੇ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋ ਉਸ ਬਾਰੇ ਵੀ ਜ਼ਰੂਰ ਥੋੜਾ ਚਾਹਾਂਗੇ ਉਸ ਖਬਰ ਦੀ ਪੜਤਾਲ ਇਸ ਖਬਰ ਦੇ ਉੱਪਰ ਵੀ ਟਿੱਪਣੀ ਜੋ ਹੈ ਤੁਸੀਂ ਜ਼ਰੂਰ ਕਰੋ ਪ੍ਰੋਗਰਾਮ ਦੇ ਵਿੱਚ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਗਏ ਸੀ ਸੰਗਰੂਰ ਮਾਫ ਕਰਨਾ ਮੁਹਾਲੀ ਜੀ ਉੱਥੇ ਇੱਕ ਸੇਵਾ ਕੇਂਦਰ ਸੀ ਜਦੋਂ ਮੈਂ ਤਸਵੀਰ ਦੇਖਦਾ ਨਾ ਮੁਹੱਲਾ ਕਲੀਨਿਕ ਦੀ ਤੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਣਾਏ ਸੇਵਾ ਕੇਂਦਰ ਯਾਦ ਆ ਜਾਂਦੇ ਨੇ ਵੈਸੇ ਮੈਂ ਪਿੱਛੇ ਜੇ ਮੀਡੀਆ ਰਿਪੋਰਟਾਂ 'ਚ ਪੜ੍ਹ ਰਿਹਾ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਮੁਹੱਲਾ ਕਲੀਨਿਕ ਬਣੇ ਸੀ ਮੈਂ ਮੇਰੇ ਕੋਲ ਡਾਟਾ ਵੀ ਪਿਆ ਮੈਂ ਇੱਕ ਵਾਰੀ ਉਹਨਾਂ ਤੇ ਨਿਗਾਹ ਵੀ ਮਾਰ ਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2100 ਸੇਵਾ ਕੇਂਦਰ ਦੇ ਕਰੀਬ ਪੰਜਾਬ 'ਚ ਸੇਵਾ ਕੇਂਦਰ ਬਣੇ ਸੀ ਔਰ ਕਹਿੰਦੇ ਇਹਨਾਂ ਦੇ ਵਿੱਚੋਂ 500 ਅਜੇ ਇਹਨਾਂ ਦੇ ਵਿੱਚੋਂ 500 ਫੰਕਸ਼ਨਲ ਹੋ ਸਕੇ ਸੋ ਅਕਾਲੀ ਦਲ ਦੇ ਰਾਜ 'ਚ ਜਿਹੜੇ ਸੇਵਾ ਕੇਂਦਰ ਬਣੇ ਉਹ ਬਹੁਤੇ ਫੰਕਸ਼ਨਲ ਨਹੀਂ ਹੋਏ ਪਰ ਉਹਨਾਂ ਦੀਆਂ ਇਮਾਰਤਾਂ ਬਹੁਤ ਸੋਹਣੀਆਂ ਬਣੀਆਂ ਸੀ ਮੈਂ ਦੇਖਿਆ ਰੰਗ ਰੋਗਨ ਵਧੀਆ ਹੋ ਗਏ ਸੀ ਤੇ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਹਰ ਥਾਂ ਤੇ ਬੋਲਦੇ ਸੀ ਵੀ ਦੇਖੋ ਅਸੀਂ ਸੇਵਾ ਕੇਂਦਰ ਬਣਾਤੇ ਤੁਹਾਨੂੰ ਕਿੰਨੀਆਂ ਸੇਵਾਵਾਂ ਇੱਥੇ ਮਿਲਣਗੀਆਂ ਰਾਈਟ ਟੂ ਸਰਵਿਸ ਐਕਟ ਵੀ ਲਾਗੂ ਕੀਤਾ ਗਿਆ ਫਾਇਦਾ ਹੋਇਆ ਵੀ ਸੇਵਾ ਕੇਂਦਰਾਂ ਦਾ ਥੋੜ੍ਹਾ ਬਹੁਤਾ ਇੱਕ ਵਾਰੀ ਮੈਂ ਵੀ ਕੋਈ ਫਾਰਮ ਜਮ੍ਹਾਂ ਕਰਾ ਕੇ ਆਇਆ ਸੀ ਸੇਵਾ ਕੇਂਦਰ ਪਰ ਹੁਣ ਪਤਾ ਇਹ ਕੀਤਾ ਵੀ 500 ਚੰਗੀ ਤਰ੍ਹਾਂ ਨਾਲ ਫੰਕਸ਼ਨਲ ਸੀਗੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਹੁਣ ਵੀ ਕਹਿੰਦੇ ਬਹੁਤ ਸਾਰੇ ਸੇਵਾ ਕੇਂਦਰ ਸੀ ਜਿਨ੍ਹਾਂ ਨੂੰ ਵਰਤਿਆ ਜਾ ਸਕਦਾ ਸੀ ਕਿਉਂਕਿ ਸੇਵਾ ਕੇਂਦਰਾਂ ਦੇ ਵਿੱਚ ਇੰਟਰਨੈਟ ਦੀ ਫੈਸਿਲਿਟੀ ਹੈ ਉੱਥੇ ਏਅਰ ਕੰਡੀਸ਼ਨ ਏਸੀ ਲਾਉਣ ਦੀ ਫੈਸਿਲਿਟੀ ਹੈ ਤੇ ਇਸ ਕਰਕੇ ਸੇਵਾ ਕੇਂਦਰ ਹੈ ਜਿਹੜਾ ਉਹਦਾ ਰਕਬਾ ਇੰਨਾ ਕੁ ਹੈ ਕਿ ਉਹਦੇ 'ਚ ਮੁਹੱਲਾ ਕਲੀਨਿਕ ਬਣਾਇਆ ਜਾ ਸਕੇ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਕਈ ਥਾਂ ਦੇ ਉੱਤੇ ਜਿਹੜੇ ਸੇਵਾ ਕੇਂਦਰ ਨੇ ਉਹਨਾਂ ਨੂੰ ਚੁਣ ਲਿਆ ਮੁਹੱਲਾ ਕਲੀਨਿਕ ਬਣਾਉਣ ਲਈ ਸੋ ਜਿਹੜਾ ਖਰਚਾ ਆਉਣਾ ਸੀ ਇਮਾਰਤਾਂ ਬਣਾਉਣ 'ਤੇ ਉਹ ਬਚ ਗਿਆ ਕਿਉਂਕਿ ਸੇਵਾ ਕੇਂਦਰ ਬਣਾਏ ਸੀ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਨੇ ਪਰ ਉਹ ਲੋਕਾਂ ਦੀ ਸਰਕਾਰ ਸੀ ਜਿਹੜੀ ਵੀ ਸਰਕਾਰ ਹੁੰਦੀ ਉਹ ਲੋਕਾਂ ਦੀ ਹੁੰਦੀ ਪਰ ਉਹਨਾਂ ਨੇ ਬਣਾਈ ਸੀ ਇਸ ਕਰਕੇ ਉਹ ਪਿਛਲਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕੰਮ ਆ ਗਿਆ ਆਮ ਆਦਮੀ ਪਾਰਟੀ ਨੂੰ ਉਹਦਾ ਫਾਇਦਾ ਮਿਲ ਗਿਆ ਹੁਣ ਡਾਕਟਰਾਂ ਵਗੈਰਾ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਜਿਹੜਾ ਇਹ ਮੁਹੱਲਾ ਕਲੀਨਿਕ ਹੋਊਗਾ ਇਹ 'ਚ ਡਾਕਟਰ ਹੋਊਗਾ ਇਹਦੇ 'ਚ ਸਾਡੇ ਨਰਸਿੰਗ ਸਟਾਫ ਹੋਣਗੇ ਇਹਦੇ 'ਚ ਪੈਰਾਮੈਡੀਕਲ ਸਟਾਫ ਹੋਊਗਾ ਰਿਸੈਪਸ਼ਨ ਬਣੂਗੀ ਛੋਟੀ ਜਿਹੀ ਆਨਲਾਈਨ ਅਪੁਆਇੰਟਮੈਂਟ ਮਿਲ ਜਾ ਕਰੂਗੀ ਬਹੁਤ ਸਾਰੇ ਟੈਸਟ ਇੱਥੇ ਹੋ ਜਾ ਕਰਨਗੇ ਪਹਿਲਾਂ ਵੀ ਹੁੰਦੇ ਨੇ ਸਰਕਾਰੀ ਹਸਪਤਾਲਾਂ 'ਚ ਲੇਕਿਨ ਹੁਣ ਕਿਉਂਕਿ ਹਰ ਜ਼ਿਲ੍ਹੇ 'ਚ ਇੱਕ ਇੱਕ ਸਰਕਾਰੀ ਹਸਪਤਾਲ ਹੈ ਉਹ ਤਾਂ ਘੱਟੋ ਘੱਟ ਹਰ ਜ਼ਿਲ੍ਹੇ 'ਚ ਹੁੰਦਾ ਹੀ ਹੈ ਫਿਰ ਅੱਗੇ ਵੀ ਨੇ ਸਬ ਡਿਵੀਜ਼ਨਲ ਹਸਪਤਾਲ ਵੀ ਨੇ ਫਿਰ ਜਿਹੜੀਆਂ ਤਹਿਸੀਲਾਂ ਨੇ ਉੱਥੇ ਵੀ ਬਹੁਤ ਜਗ੍ਹਾ ਹਸਪਤਾਲ ਨੇ ਸਿਹਤ ਮਾਮਲੇ 'ਚ ਪੰਜਾਬ ਦਾ ਇਨਫਰਾਸਟ੍ਰਕਚਰ ਤਾਂ ਬਹੁਤ ਵੱਡਾ ਹੈ
ਹੁਣ 117 ਇਹਨਾਂ ਨੇ ਕਹਿਤਾ ਵੀ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਤੇ ਭਗਵੰਤ ਮਾਨ ਜੀ ਕਹਿੰਦੇ 15 ਅਗਸਤ ਤੇ ਅਸੀਂ 75 ਮਹੱਲਾ ਕਲੀਨਿਕ ਨੇ ਜਿਹੜੇ ਸਿਹਤ ਮੰਤਰੀ ਵੀ ਕਹਿ ਰਹੇ ਨੇ 70-75 ਅਸੀਂ ਸ਼ੁਰੂ ਕਰ ਦੇਣੇ। ਸੋ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਅਸੀਂ 15 ਅਗਸਤ ਨੂੰ ਵਾਅਦਾ ਪੂਰਾ ਕਰ ਦਾਂਗੇ। ਇਹੀ ਫਰਕ ਕੈਪਟਨ ਅਮਰਿੰਦਰ ਦਾ ਸੀ। ਕੈਪਟਨ ਅਮਰਿੰਦਰ ਕਹਿੰਦੇ ਸੀ ਸਾਰੀ ਕਿਸਾਨੀ ਦਾ ਕਰਜ਼ਾ ਮਾਫ਼ ਕਰਾਂਗੇ ਤੇ ਬਾਅਦ ਦੇ ਵਿੱਚ 4-5 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਦਾ ਮਾਫ਼ ਕਰਕੇ। ਸਾਰੀ ਕਿਸਾਨੀ ਦਾ ਤਾਂ ਕਰਜ਼ਾ ਮਾਫ਼ ਹੋਇਆ ਨਹੀਂ, ਕੈਪਟਨ ਅਮਰਿੰਦਰ ਨੇ ਵੀ ਇਸ਼ਤਿਹਾਰ ਛਪਾ ਤੇ ਵੀ ਵਾਅਦਾ ਪੂਰਾ ਕਰਤਾ। ਹੁਣ ਮੈਨੂੰ ਲੱਗਦਾ 15 ਅਗਸਤ ਨੂੰ ਇਹ ਵੀ ਇਸ਼ਤਿਹਾਰ ਛਪ ਜਾਣੇ ਕਿ ਆਮ ਆਦਮੀ ਪਾਰਟੀ ਨੇ ਇੱਕ ਹੋਰ ਵਾਅਦਾ ਪੂਰਾ ਕਰਤਾ। ਵਾਅਦਾ ਤਾਂ ਇਹ ਸੀ ਵੀ ਅਸੀਂ ਪੰਜਾਬ 'ਚ 14-15-16 ਹਜ਼ਾਰ ਮਹੱਲਾ ਕਲੀਨਿਕ ਬਣਾਵਾਂਗੇ। ਸੋ ਵਾਅਦੇ ਪੂਰੇ ਹੋਣ ਦਾ ਮਤਲਬ ਹੁੰਦਾ ਜਦੋਂ ਤੁਸੀਂ ਟੀਚਾ ਸਰ ਕਰ ਲਓ, ਪਰ ਇਹ ਸਾਡੀ ਸਿਆਸਤ ਹੈ। ਸੋ ਇਸ ਕਰਕੇ ਸਿਆਸਤ ਦੇ ਵਿੱਚ ਇਸੇ ਤਰ੍ਹਾਂ ਹੁੰਦਾ, ਲੋਕ ਇਹਦੇ 'ਚ ਖੁਸ਼ ਹੋ ਜਾਂਦੇ। ਅਸੀਂ ਪੰਜਾਬੀਆਂ ਨੇ ਖੁਸ਼ ਹੋ ਜਾਣਾ ਵੀ ਚਲੋ 75 ਬਣ ਗਏ ਜੀ, 117 ਹਲਕਿਆਂ 'ਚ ਅਗਰ ਇੱਕ ਇੱਕ ਵੀ ਬਣ ਗਿਆ ਮਹੱਲਾ ਕਲੀਨਿਕ, ਤੇ ਤੁਸੀਂ ਦੇਖਿਓ ਕਈ ਸੂਬਿਆਂ ਦੇ ਮੁੱਖ ਮੰਤਰੀ ਆਇਆ ਕਰਨਗੇ ਜੀ ਦੌਰਾ ਕਰਨ ਵੀ ਪੰਜਾਬ 'ਚ ਮਹੱਲਾ ਕਲੀਨਿਕ ਬਣਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਥੋੜੇ ਦੇਰ ਤੱਕ ਸਕੂਲਾਂ 'ਚ ਵੀ ਆਇਆ ਕਰਨਗੇ ਲੋਕ, ਹਾਲਾਂਕਿ 100 ਸਕੂਲ ਚੁਣੇ ਨੇ ਪਹਿਲੇ ਗੇੜ 'ਚ, 100 ਸਕੂਲ ਚੁਣੇ ਨੇ, ਤੇ ਤੁਸੀਂ ਦੇਖਿਓ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਆਇਆ ਕਰਨਗੇ ਵੀ ਪੰਜਾਬ ਦੇ ਸਕੂਲਾਂ ਦਾ ਨਕਸ਼ਾ ਬਦਲਤਾ। ਸੋ ਇਸ ਕਰਕੇ ਇਹ ਮਾਰਕੀਟਿੰਗ ਹੈ, ਸਰਕਾਰਾਂ ਮਾਰਕੀਟਿੰਗ ਕਰਦੀਆਂ ਨੇ। ਜਦੋਂ ਤੱਕ ਸਾਡੇ 15-16-17-18-19-20 ਹਜ਼ਾਰ ਸਕੂਲ ਨਹੀਂ ਅਪਲਿਫਟ ਹੋ ਜਾਂਦੇ ਜਾਂ ਸਾਡੇ 13-14-15-16 ਹਜ਼ਾਰ ਮੁਹੱਲਾ ਕਲੀਨਿਕ ਨਹੀਂ ਬਣ ਜਾਂਦੇ, ਤਦ ਤੱਕ ਸਮੁੱਚਾ ਜਿਹੜਾ ਅਸੀਂ ਕਹੀਏ ਵੀ ਵਿਕਾਸ ਹੋ ਗਿਆ ਪੰਜਾਬ ਦਾ, ਉਹ ਨਹੀਂ ਹੋ ਸਕਦਾ। ਸੋ ਇੱਕ ਅੱਧੇ ਮੁਹੱਲਾ ਕਲੀਨਿਕ ਕੋਈ ਫਰਕ ਨਹੀਂ ਪੈਣਾ। ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਮੈਂ ਹਰ ਹਲਕੇ 'ਚ ਸਮਾਰਟ ਸਕੂਲ ਬਣਾਉਂਦਾ 117 'ਚ। ਇੱਕ ਵਾਰੀ ਮੈਂ ਕਾਪੀ ਪੈਨ ਲੈ ਕੇ ਬਹਿ ਗਿਆ ਹਰਜੋਤ ਜੀ, ਤੇ ਮੈਂ ਹਰ ਜ਼ਿਲ੍ਹੇ 'ਚ ਹਰ ਹਲਕੇ 'ਚ ਫੋਨ ਲਾਉਣੇ ਸ਼ੁਰੂ ਕਰਤੇ ਵੀ ਤੁਹਾਡੇ ਹਲਕੇ 'ਚ ਸਮਾਰਟ ਸਕੂਲ ਬਣ ਗਿਆ ਜੀ। ਮੈਨੂੰ ਥੋੜੇ ਜਿਹੇ ਲੋਕਾਂ ਨੇ ਨਾਂ ਲਿਖਾਏ ਵੀ ਸਾਡੇ ਸਮਾਰਟ ਸਕੂਲ ਬਣ ਗਿਆ, ਨਹੀਂ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਸਮਾਰਟ ਸਕੂਲ ਨਹੀਂ ਬਣਾ ਸਕੇ 117 ਹਲਕਿਆਂ 'ਚ। ਜੇ ਪ੍ਰਕਾਸ਼ ਸਿੰਘ ਬਾਦਲ ਨੇ ਬਣਾਏ ਹੁੰਦੇ ਤੇ ਅੱਜ ਉਹਨਾਂ ਨੂੰ ਬੜੀ ਤਸੱਲੀ ਹੋਣੀ ਸੀ। ਬਿਲਕੁਲ ਜੀ 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 ਬਿਲਕੁਲ ਸਹੀ ਕਿਹਾ ਤੁਸੀਂ। ਸੋ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ, ਖਬਰਾਂ ਪਰ ਹਲੇ ਵੀ ਰਹਿੰਦੀ ਹੈ। ਇੱਕ ਖਬਰ ਦੇ ਜਿਹੜਾ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਮੁਫਤ ਸ਼ਬਦ ਨੂੰ ਲੈ ਕੇ ਜਿਹੜੀ ਪਾਰਲੀਮੈਂਟ ਵਿੱਚ ਬੜਾ ਰੌਲਾ ਪਿਆ, ਮੈਂ ਚਾਹੂੰਗੀ ਜਾਂਦੇ ਜਾਂਦੇ ਇਸ ਖਬਰ ਦੇ ਉੱਪਰ ਵੀ ਜਾਣਕਾਰੀ ਚਾਨਣਾ ਜੋ ਹੈ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਪਾਈਏ। ਬਿਲਕੁਲ ਠੀਕ ਹੈ ਜੀ, ਪਾਰਲੀਮੈਂਟ ਦੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਜੀ, ਮੈਂ ਉਹਨਾਂ ਦਾ ਤੁਹਾਨੂੰ ਨਾਂ ਦੱਸਦਾ, ਮੈਂ ਖੋਲ ਕੇ ਬੈਠਾ ਹੋਇਆ ਸੀ ਪੂਰੀ ਉਹਨਾਂ ਦੀ ਇਨਫੋਰਮੇਸ਼ਨ, ਸਿਰਫ ਮੈਨੂੰ ਨਾਂ ਹੀ ਚਾਹੀਦਾ ਉਹਨਾਂ ਦਾ। ਉਹਨਾਂ ਦਾ ਨਾਂ ਹੈਗਾ ਜੀ ਮਨੋਜ ਝਾ, ਮਨੋਜ ਝਾ, ਹਿੰਦੀ ਚ ਇਹਨੂੰ ਕਹਿੰਦੇ ਨੇ ਜੀ ਮਨੋਜ ਝਾ। ਸੋ ਕਈ ਲੋਕ ਕਹਿਣਗੇ ਵੀ ਮੈਂ ਝਾ ਕਿਉਂ ਕਹਿ ਰਿਹਾ, ਕਿਉਂਕਿ ਝਾ ਨੂੰ ਪੰਜਾਬੀ ਚ ਝਾ ਹੀ ਬੋਲਦੇ ਆ। ਸੋ ਉਹਨਾਂ ਦਾ ਨਾਮ ਹੈ ਜੀ ਮਨੋਜ ਝਾ, ਕਿਉਂਕਿ ਮੈਂ ਪੰਜਾਬੀ ਚ ਗੱਲ ਕਰ ਰਿਹਾ। ਉਹ ਕਹਿੰਦੇ ਵੀ ਜਿਹੜਾ ਮੁਫ਼ਤ ਸ਼ਬਦ ਹੈ ਇਹ ਬੰਦ ਹੋਣਾ ਚਾਹੀਦਾ ਮੁਲਕ ਦੇ ਵਿੱਚੋਂ। ਪਾਰਲੀਮੈਂਟ ਦੇ ਵਿੱਚ ਬੜੇ ਚੰਗੇ ਵਿਸ਼ੇ ਤੇ ਉਹਨਾਂ ਨੇ ਆਪਣੀ ਗੱਲ ਰੱਖੀ। ਦੇਖੋ ਗੱਲ ਵੀ ਉਹਨਾਂ ਦੀ ਠੀਕ ਹੈ, ਕਹਿੰਦੇ ਅਸੀਂ ਆਟਾ ਦਾਲ ਸਕੀਮ ਦਿੰਦੇ ਹਾਂ, ਕੋਈ ਸਹੂਲਤ ਦਿੰਦੇ ਹਾਂ, ਅਸੀਂ ਕਹਿ ਰਹੇ ਹਾਂ ਕਿ ਮੁਫ਼ਤ ਦੇ ਰਹੇ ਹਾਂ, ਉਹ ਮੁਫ਼ਤ ਨਹੀਂ ਹੈ। ਲੋਕਾਂ ਦੇ ਪੈਸੇ ਨਾਲ ਸਰਕਾਰ ਖੜੀ ਹੁੰਦੀ ਹੈ, ਲੋਕਾਂ ਦੇ ਪੈਸੇ ਨਾਲ ਵਿਧਾਨ ਸਭਾ ਬਣਦੀ ਹੈ, ਲੋਕਾਂ ਦੇ ਪੈਸੇ ਨਾਲ ਪਾਰਲੀਮੈਂਟ ਬਣਦੀ ਹੈ। ਹੁਣ ਮੋਦੀ ਸਾਹਿਬ ਨੇ ਜਿਹੜੀ ਨਵੀਂ ਸਾਡੀ ਸੈਂਟਰਲ ਵਿਸਟਾ ਪ੍ਰੋਜੈਕਟ ਹੈ, ਨਵੀਂ ਸਾਡੀ ਪਾਰਲੀਮੈਂਟ ਹੈ, ਉਹ ਲੋਕਾਂ ਦੇ ਪੈਸੇ ਨਾਲ ਹੀ ਬਣੀ ਹੈ, ਉਹਦਾ ਪੈਸਾ ਬੀਜੇਪੀ ਨੇ ਨਹੀਂ ਖਰਚਿਆ। ਤੇ ਜਿਹੜੀ ਪੰਜਾਬ 'ਚ ਮੁਫ਼ਤ ਆਟਾ ਦਾਲ ਸਕੀਮ ਹੈ ਉਹ ਵੀ ਪੰਜਾਬ ਦੇ ਖਜ਼ਾਨੇ 'ਚੋਂ ਹੈ, ਪੰਜਾਬ ਦੇ ਖਜ਼ਾਨੇ 'ਚ ਲੋਕਾਂ ਦਾ ਹੀ ਪੈਸਾ, ਪੋਲੀਟੀਕਲ ਪਾਰਟੀ ਦਾ ਪੈਸਾ ਤਾਂ ਹੈ ਨਹੀਂ। ਹੁਣ ਜਿਵੇਂ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਕੀਮ ਹੈ ਕਿ ਅਸੀਂ ਮੁਫ਼ਤ ਬਿਜਲੀ ਦੇ ਰਹੇ ਹਾਂ, ਮੁਫ਼ਤ ਬਿਜਲੀ ਨਹੀਂ ਹੈ, ਲੋਕਾਂ ਤੋਂ ਬਿੱਲ ਨਹੀਂ ਲੈਣਾ ਜਿਨ੍ਹਾਂ ਦਾ 600 ਤੋਂ ਘੱਟ ਹੈ, ਪਰ ਪੰਜਾਬ ਸਰਕਾਰ ਨੇ ਤਾਂ ਬਿੱਲ ਦੇਣਾ ਨਾ ਬਿਜਲੀ ਬੋਰਡ ਨੂੰ, PSPCL ਨੂੰ, ਤੇ ਪੰਜਾਬ ਸਰਕਾਰ ਕੋਲੇ ਪੈਸਾ ਕਿੱਥੋਂ ਆਉਣਾ ਹੈ? ਪੰਜਾਬ ਸਰਕਾਰ ਕੋਲੇ ਲੋਕਾਂ ਦਾ ਪੈਸਾ ਹੈ। ਆਮ ਆਦਮੀ ਪਾਰਟੀ ਨੇ ਆਪਣੇ ਖਾਤੇ ਚੋਂ ਪੈਸੇ ਨਹੀਂ ਦੇਣੇ PSPCL ਨੂੰ, ਉਹ ਸਰਕਾਰ ਨੇ ਦੇਣੇ, ਸਰਕਾਰ ਲੋਕਾਂ ਦੀ ਹੈ, ਇਸ ਕਰਕੇ PSPCL ਵੀ ਲੋਕਾਂ ਦੀ ਹੈ। ਉਹਨੇ ਲੋਕਾਂ ਤੋਂ ਪੈਸੇ ਲੈਣ ਦੀ ਬਜਾਏ ਪੰਜਾਬ ਸਰਕਾਰ ਤੋਂ ਪੈਸੇ ਲੈ ਲੈਣੇ ਨੇ, ਤੇ ਪੰਜਾਬ ਸਰਕਾਰ ਨੇ ਲੋਕਾਂ ਤੋਂ ਪੈਸੇ ਕਿਸੇ ਹੋਰ ਰੂਪ 'ਚ ਲੈ ਲੈਣੇ ਨੇ ਵੀ ਆਪਾਂ ਪੈਟਰੋਲ ਦਾ ਮੁੱਲ ਨਾ ਘਟਾਓ, ਆਪਾਂ ਡੀਜ਼ਲ ਦਾ ਮੁੱਲ ਨਾ ਘਟਾਓ। ਤੁਸੀਂ ਦੇਖੋ ਨਾ ਜੀ, ਪੈਟਰੋਲ ਤੇ ਡੀਜ਼ਲ ਬਿਨਾਂ ਬਲੇ ਅੱਖਾਂ 'ਚ ਧੂੰਆਂ ਕੱਢੀ ਜਾਂਦੇ,
ਇੱਕ ਦਿਨ ਮੈਂ ਸਕੂਟਰ ਚ ਪਵਾਉਣ ਚਲਾ ਗਿਆ ਜੀ ਪੈਟਰੋਲ। ਮੈਂ ਰੇਟ ਸੁਣ ਕੇ ਹੈਰਾਨ ਹੋ ਗਿਆ, 100 ਦਾ ਪਵਾ ਕੇ ਆ ਗਿਆ, ਕਿਉਂਕਿ ਇੰਨੀ ਮਹਿੰਗਾਈ ਹੋ ਗਈ ਹਰਜੋਤ ਜੀ ਕਿ ਆਮ ਵਿਅਕਤੀ ਹੈ ਜਿਹੜਾ ਜਿਹੜਾ 100 ਦਾ ਪਹਿਲਾਂ ਪੈਟਰੋਲ ਪਾਉਂਦਾ ਸੀ ਜਦੋਂ ਅਸੀਂ ਕਾਲਜ 'ਚ ਸੀ ਕੰਮ ਕਰਦੇ ਸੀ, ਹੁਣ ਵੀ ਅਸੀਂ ਆਦਤ ਸੀ ਵੀ 100 ਦਾ ਪੈਟਰੋਲ ਪਵਾ ਲਓ, ਟੈਂਕੀ ਅੱਧੀ ਹੋ ਜਾਂਦੀ ਸੀ, ਤੇ ਹੁਣ 100 ਦਾ ਪੈਟਰੋਲ ਪਵਾ ਕੇ ਜੇ ਟੈਂਕੀ ਨੂੰ ਅੱਖ ਲਾਈਏ ਪਤਾ ਹੀ ਨਹੀਂ ਲੱਗਦਾ ਵੀ ਟੈਂਕੀ 'ਚ ਪੈਟਰੋਲ ਹੈ ਜਾਂ ਨਹੀਂ ਹੈ। ਡੱਕਾ ਵੀ ਪਾ ਲਈਏ ਟੈਂਕੀ 'ਚ ਤੇ ਮਾੜਾ ਜਿਹਾ ਡੱਕਾ ਲਿਬੜਦਾ ਹੈ। ਇਹ ਸਥਿਤੀਆਂ ਨੇ, ਅਸੀਂ ਐਂ ਹੀ ਹਮੇਸ਼ਾ ਪਿੰਡਾਂ ਵਾਲੇ ਲੋਕ ਏਦਾਂ ਹੀ ਦੇਖਦੇ ਹਾਂ। ਸੋ ਇਸ ਕਰਕੇ ਸਰਕਾਰ ਨੇ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਚਾਹ ਸਾਹਿਬ ਉਹਨਾਂ ਨੇ ਗੱਲ ਛੇੜੀ ਕਿ ਇਹ ਮੁਫ਼ਤ ਸ਼ਬਦ ਬੰਦ ਕੀਤਾ ਜਾਵੇ ਸਰਕਾਰਾਂ ਨੂੰ, ਔਰ ਪਾਰਲੀਮੈਂਟ 'ਚ ਇਹਦੇ 'ਤੇ ਡਿਬੇਟ ਹੋਈ। ਔਰ ਮੈਨੂੰ ਲੱਗਦਾ ਮੁਫ਼ਤ ਕਹਿ ਕੇ ਸਰਕਾਰਾਂ ਇਹ ਭਾਵ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਅਸੀਂ ਪਤਾ ਨਹੀਂ ਕਿੰਨਾ ਵੱਡਾ ਕੰਮ ਕਰ ਰਹੀ ਹਾਂ, ਵੀ ਜਿਹੜਾ ਕੋਈ ਹੋਰ ਵੀ ਕਰ ਸਕਿਆ ਅਸੀਂ ਕਰਤਾ। ਸੋ ਮੁਫ਼ਤ ਕੁਛ ਨਹੀਂ, ਇਸ ਕਰਕੇ ਅਸੀਂ ਵੀ ਸਾਰੇ ਜਾਗਰੂਕ ਹੋਈਏ ਵੀ ਮੁਫ਼ਤ ਕੁਛ ਨਹੀਂ ਭਾਈ। ਸੋ ਪੈਸਾ ਸਾਡਾ ਹੀ ਲੱਗਣਾ, ਅਸੀਂ ਬਿਜਲੀ ਬੋਰਡ ਨੂੰ ਨਹੀਂ ਦਿੱਤੇ ਤੇ ਅਸੀਂ ਸਕੂਟਰ 'ਚ ਦੇ ਆਉਂਦੇ ਹਾਂ, ਅਸੀਂ ਪੈਟਰੋਲ ਪੰਪ 'ਤੇ ਦੇ ਆਉਂਦੇ ਹਾਂ, ਉਹ ਘੁੰਮ ਕੇ ਸਰਕਾਰ ਕੋਲੇ ਚਲਾ ਜਾਣਾ। ਸੋ ਇਸ ਕਰਕੇ ਇਹ ਮੁਫ਼ਤ ਸ਼ਬਦ ਰੋਕਣ ਲਈ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਰੱਖੀ। ਸੋ ਮੈਨੂੰ ਲੱਗਦਾ ਹੈ ਮੁਫ਼ਤ ਦੀ ਜਿਹੜੀ ਇਹ ਸ਼ਬਦ ਹੈ, ਇਸ ਸ਼ਬਦ ਨੂੰ ਬੈਨ ਕਰਨ ਲਈ ਪਾਰਲੀਮੈਂਟ 'ਚ ਡਿਬੇਟ ਹੋਣੀ ਚਾਹੀਦੀ ਹੈ, ਤੇ ਜ਼ਰੂਰ ਕੋਈ ਪ੍ਰਸਤਾਵ ਆਉਣਾ ਚਾਹੀਦਾ ਤੇ ਇਹਦੇ 'ਤੇ ਕਾਨੂੰਨ ਬਣਨਾ ਚਾਹੀਦਾ। ਮੁਫ਼ਤ ਨਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਖਬਰਾਂ ਹੋਰ ਵੀ ਬਹੁਤ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਕਰਨੀ ਬਣਦੀ ਹੈ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਪਰ ਡੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਨਾ ਸਾਰੀਆਂ ਖਾਸ ਖਬਰਾਂ ਦੇ ਉੱਪਰ ਖਬਰਾਂ ਦੀ ਪੜਤਾਲ ਕਰਕੇ ਦਰਸ਼ਕਾਂ ਤੱਕ ਜਾਣਕਾਰੀ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਕਮੈਂਟ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਧੰਨਵਾਦ।